ਲੋਕ ਵਾਰਦਾ ਸਧਿਆ ਰਾਜਾ ਸਾਤ ਲੂ ਕਰੇ ਬਾਈ ਲੋਕੋ ਬਾਤ ਦੱਸਦਿਆ ਪਰ ਪਾਲੀਆ ਲੋਕੋ ਹਰੀਦਾਸ ਨੇ ਕਿਆ ਦੱਸਿਆ ਭਾਈ ਆਪੇ ਆਪੇ ਰੇ ਹੋ ਜੀ ਨੇ ਤੀਵੀਂ ਤੇ
ਗਿਆਤਾ ਚੌਧਰੀ ਨੂੰ ਸਾਤਲ ਮਹਿਲ ਕੇ ਵਿੱਚ ਰਹਿਣ ਲੱਗ ਗਿਆ ਤਾਂ ਕਿਆ ਦੱਸਿਆ ਭਾਈ ਚੱਲ ਇੱਧਰੋਂ ਚੱਲਣਾ ਬਦਲੇ ਤੇ ਮੈਲਾ ਮੈਂ ਸ਼ੋਰ ਮੱਚ ਗਿਆ ਮਾਰੇ ਬੰਦ
ਭਾਵੇਂ ਤੀ ਡੰਡੇ ਬੇਲੀ ਨਾਲੇ ਬੰਦੀਆਂ ਰਾਜੇ ਸਾਧਲ ਨੂੰ ਜਾ ਕੇ ਦੇਣ ਦੂਪਾ ਰਾਜੇ ਸਾਧਲ ਨੂੰ ਜਾ ਕੇ ਦੇਣ ਦੂਪਾ ਪੁੱਤ ਜੰਮਣ ਕੇ ਲੱਗਦੇ ਢੰਗੋ ਬੇਲੀ ਉਹ ਪੁੱਤ ਜੰਮਣ ਕੇ ਇਤਰਾ ਕਰੋ ਤਮੇ ਮਾਨੂੰ ਵਧਾਈਆਂ ਦਿਓ ਤਾਂ ਜਦ ਇੰਨੀ ਗੱਲ ਉੱਥੇ ਨਕਰਾਣੀਆਂ ਨੇ ਕਹੀਏ ਰਾਜਾ ਸਾਧ ਨੂੰ ਇੱਕ ਜੋੜੇ ਦੀ ਬੈਦਮਾ ਮੋੜ ਕੇ ਭਾਈ ਉਸਤਾਦ ਕਿਆ ਜਵਾਬ ਕਰਦਾ ਹੈ ਅੱਖ ਲੜਾ ਕੇ ਜੀ
ਹੌਲੀ ਹੌਲੀ ਪਤਾ ਲੱਗ ਗਿਆ ਵੀ ਕੁੜੀ ਤਾਂ ਇਹ ਪ੍ਰੈਸਰ ਮੁਨੀ ਕੀ ਹੈ। ਖੈਰ ਹੁਣ ਲੋਕ ਤਾਂ ਇਸ ਚੀਜ਼ ਨੂੰ ਮੰਨਦੇ ਨਹੀਂ ਹੈ, ਇਹ ਕੋਈ ਅੱਜ ਕੀ ਨਵੀਂ ਗੱਲ ਨਹੀਂ, ਇਹ ਤਾਂ ਸੱਤ ਯੁਗਮਾਂ ਦੁਆਪਰਮਾਂ ਤ੍ਰੇਤੇ ਮਾਂ ਇਹ ਗੱਲਾਂ ਹੁੰਦੀਆਂ ਆਈਆਂ। ਪਤਾਮਾ ਬੈਠਿਆ ਵਿਚਾਰ ਕਰਕੇ ਇੱਕ ਜਵਾਬ ਕਰਦਾ ਹੈ, ਕਿਆ ਦੱਸਿਆ ਭਾਈ ਜੀ ਮੇਰੇ ਪੰਡੇ ਦਾ।
ਬਦਲੂਗਾ ਪਾਥਾ ਹੈ ਜੀ ਉਹ ਪੰਜੀ ਬੱਚੇ ਨਾ ਸੋਚਦਾ ਹੈ ਕਈ ਦਿਨ ਸੋਚਦੇ ਨੂੰ ਹੋ ਗਏ ਅੰਦਰੇ ਅੱਗ ਰੱਖੀ ਵੀ ਸੂਰਮੇ ਨੇ ਅੰਦਰੇ ਧੂੰਆਂ ਆਪਣੇ ਦਿਲ ਕੀ ਘੁੰਡੀ ਨੀ ਕਿਸੇ ਨੂੰ ਦੱਸਦਾ ਔਰ ਬਚਿੱਤਰ ਗੰਧ ਚਿੱਤਰ ਗੰਧ ਅੱਠ ਅੱਠ ਵਰਤ ਕੇ ਹੋ ਗਏ ਭਾਈਓ ਪੀਮ ਕੇ ਭਿਸਮ ਕੇ ਅਗਲ ਬਗਲ ਖੇਲਦੇ ਹੈ ਤਾਂ ਜਿਸ ਵੇਲੇ ਅੱਠ ਸਾਲ ਗੁਜ਼ਰ ਗਏ ਜੰਮਿਆਂ ਨੂੰ ਉੱਥੇ ਪਾਣਾ ਕਿਆ ਵਰਤਦਾ ਹੈ ਭਾਈ ਹਾਂਜੀ ਸਾਲ
ਅਰਥ ਦਿਆ ਰਾਜੇ ਬਨਾਰਸ ਨੇ ਅਣਬ ਸਾਈ ਪੜਦਾ ਏ ਚਿੱਠੀਆਂ ਨੂੰ
ਛੋਟੇ ਭਾਈਆਂ ਨੂੰ ਮੂਲ ਨਾ ਦੱਸਦਾ, ਪੜਦਾ ਚਿੱਠੀਆਂ ਨੂੰ ਛੋਟੇ ਭਾਈਆਂ ਨੂੰ ਮੂਲ ਨਾ ਦੱਸਦਾ। ਬਹੁਤ ਘੱਟ ਸਕੂਲਾਂ ਵਿੱਚ ਹੈ ਤੇ ਪੱਕੀ ਹੈ ਫਿਰ ਪਾ ਦਿਆ ਚੱਕੋ ਫਿਰ ਬੋਲੀ ਖਾੜੇ ਕੀ ਵੱਜਦਾ ਪਿੰਜੇ ਕਾ ਤੜ ਪੰਜ ਮੈਂ ਤਰੀਕ ਦੱਸ ਦਿਆ ਜੀਕੇ ਮਾਜਰੇ ਲਗੂਗਾ ਖਾੜਾ ਪੰਜ ਮੈਂ ਤਰੀਕ ਦੱਸ ਦਿਆ ਸਾਡੇ ਵੇ
ਜਨ 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 ਜੀਰ ਨੂੰ ਜੀਓ ਪਾਪ ਕਰੇਗੇ ਕਹਿੰਦਾ ਹੈ ਉਹ ਵੀਰ ਇਹ ਚਿੱਠੀਆਂ ਕੱਲਾ ਕਿਉਂ ਬਾਂਚ ਰਿਹਾ ਮੇਰੇ ਯਾਰ ਕਿਆ ਹੋਇਆ ਜੇ ਹਮੇ ਦੋ ਮਾਇਆ ਤੇ ਪੈਦਾ ਹੋ ਗਏ ਹੋ ਬਾਪ ਤਾਂ ਸਾਡਾ ਇੱਕ ਹੈ ਇਹ ਭਾਈ ਜ਼ਰਾ ਮੇਰੀ ਗੱਲ ਸੁਣ ਲੈ ਹਾਂ ਭਾਈ ਸਾਡੀ ਉਹ ਕਿਆ ਬਿਆਨ ਕਰਿਆ ਹੈ ਬਾਬੇ ਜੀ ਕਿਰਪਾ ਹੋਈ ਹੈ ਆਸਾ ਰਾਮ ਕੀ ਮਾਨੂ ਹੈ ਵੀ ਜੇ ਮਾਨੂੰ ਕੰਧ ਮਾ ਦੇਵੀ ਵਰਕਾ ਥਿਆ ਜਾਏ ਇਹ ਮਾਰੇ ਭਾਈ ਬੈਠੇ ਆ ਬੱਚਾ ਬੈਠਿਆ ਧਨਾਸੀਆ ਰਾਜੇ ਅੰਬਕਾ ਗਾਉਣ ਇਹਨੇ ਦਿਆ ਮੈਨੂੰ ਗਾਉਣ ਹੋਰ ਵੀ ਬਹੁਤ ਪਿਆ ਪਰ ਉਹ ਰਾਜੇ ਅੰਬਕਾ ਗਾਉਣਾ ਲੋਕੋ ਐ ਨੀ ਗਾਉਂਦੇ ਹੈ ਪੂਰਾ ਸਹਾਣ ਕੇ ਉੱਪਰ ਤੀਖਾ ਕਰਕੇ ਉਹਨੂੰ ਫੇਰ ਗਾਉਂਗੇ ਕਿਤਨੀ ਤੇ ਕਿਆ ਦੱਸਿਆ ਹੈ ਸੰਪਤਾ ਮੈਂ ਕਿਆ ਕਹਿ ਰਿਹਾ ਆਪਣੇ ਭਾਈਆਂ ਨੂੰ ਫਰਕ ਪਾ
ਹੋਈ ਵੀ ਰੜਕ ਪਾਈ ਲਿਖਿਆ ਹੈ ਜੰਗ ਕਰਨਾ ਉੱਠ ਰਿਹਾ ਹੈ ਖੰਡਾ ਜੋ ਖੜਗ ਪਾਏ ਭੇਜਦੀ ਏ ਹੋ ਕਾਂਚੀਪੁਰੀ ਨੂੰ ਜਾਂਦੀ ਏ ਸੜਕ ਪਾਏ ਬੈਠੇ ਉੱਥੇ ਥਾਰੀ ਨੀ ਚੱਲਣੀ ਮੜਕ ਪਾਏ ਹੋ ਤਮੇ ਜੰਗ ਕੀ ਸਾਰ ਕਿਆ ਜਾਣਦੇ ਹੈ ਥਾਰੀ ਕੁੱਲ ਅੱਠ ਬਰਸ ਪਾਏ ਸਾਰ ਨਾ ਕੋਈ ਉੱਥੇ ਖੰਡੇ ਖੜ ਕਰੇ ਸਾਨੂੰ ਜੰਗ ਕੀ ਸਾਰ ਨਾ ਕੋਈ ਉੱਥੇ ਖੰਡੇ ਖੜ ਕਰੇ ਸਾਨੂੰ ਜੰਗ ਕੀ ਸਾਰ ਨਾ ਕੋਈ ਉੱਥੇ ਖੰਡੇ ਖੜ ਕਰੇ।
ਤੇਰੀਆ ਗਉ। ਇਹ ਤਿੰਨੇ ਗਉ ਜੇ ਗਉ ਕੇ ਉੱਪਰ ਆ ਜਾਏ ਕਦੀ ਟਲਦੇ ਨਹੀਂ ਹੈ। ਹੁਣ ਅੱਠ ਅੱਠ ਵਰਸ ਕੀ ਉਮਰ ਹੈ, ਭੀਸ਼ਮ ਪਿਤਾਮਾ ਕਿਤਨਾ ਸਮਝਾਵੇ। ਹੋ ਰਾਤ ਰਾਤ ਮੈਂ ਕਹੇ ਧੰਸ ਬਾਣ ਵਿਦਿਆ ਸਿਖਾਉਂਦਾ ਹੈ। ਦਿਨ ਚੜ ਗਿਆ ਰਾਤ ਰਾਤ ਮਾਂ ਕਹੇ ਬਚਿੱਤਰ ਗੰਧ ਨੂੰ ਅਰਚਿੱਤਰ ਗੰਧ ਨੂੰ ਆਪਣੇ ਭਾਈਆਂ ਨੂੰ ਉਹ ਲੋਕੋ ਸ਼ਾਸਤਰ ਵਿਦਿਆ ਦੇ ਦੀ ਭੀਸ਼ਮ ਪਿਤਾਮਾ ਨੇ। ਹੋ ਦਿਨ ਚੜ ਗਿਆ ਤੜਕਾ ਹੋ ਗਿਆ ਬਚਿੱਤਰ ਕਹਾ ਓ ਵੀਰ ਚੱਲ ਕਹਿ ਰਹੇ ਸਾਰੀ ਉਮਰ ਬਹੁਤ ਥੋੜੀ ਹੈ ਸਮੇਂ ਜੰਗ ਕੇ ਲੈ ਕੇ ਜਿੱਤਣਾ ਸੋ ਅੰਬਰ ਪਾਰੀ।
ਤਾਂ ਪਿਆਰਿਓ ਦੋਵੇਂ ਜਣਿਆਂ ਨੇ ਕਿਹਾ ਭੀਸਮਤਾ ਪਰੇਸ਼ਾਨ ਕਰ ਦਿਆ ਨਿਆਣੇ ਕਹਿੰਦੇ ਰਾਜ ਰਾਜਣਾ ਬੜਾ ਔਖਾ। ਤਾਂ ਦੂਸਰਾ ਦਿਨ ਹੋਇਆ ਉਹ ਭੀਸਮ ਪਿਤਾਮਾ ਕਹਿਣ ਲੱਗਿਆ ਵੀਰ ਤਿਆਰ ਹੋ ਜੋ। ਫਾਰਸੀ ਨੂੰ ਹੁਕਮ ਦੇ ਦਿਆ ਰਥ ਜੋੜ ਲਿਆ। ਤਾਂ ਤਿੰਨੇ ਜਣੇ ਇੱਕ ਸਵੰਬਰ ਨੂੰ ਜਾ ਰਹੇ ਹੈ ਭਾਈ ਮਹਿੰਤ।
ਦੇਖਿਆ ਰਾਜਿਆਂ ਕਾ ਲੈ ਜੂ ਇੱਥੇ ਤੇ ਕੌਣ ਬਚਾ ਕੇ ਜੀਓ ਬੈਠੇ ਮੋਹਨ ਲਾਲ ਇੰਨੇ ਸਪਸ਼ਟ ਨਾ ਆਉਂਦਾ ਮੈਨੂੰ ਲੈਣੇ ਨਹੀਂ ਆਉਂਦੇ ਜਿਹੋ ਜਿਹੇ ਬਾਰੇ ਪਾਵਾਂ ਮੈਂ ਉਹੋ ਜਿਹੇ ਦੱਸਦੇ ਹਾਂ ਕਹੇ ਅੰਬਲਾ ਔਰ ਅੰਬਾਲਾ
ਦੋਵਾਂ ਕੋਲ ਤਾਜ ਰੱਖਦੇ ਜਿਹੜੀ ਅੰਬਿਕਾ ਦੀ ਜਿਸਦੇ ਗਾਹਾਂ ਜਾ ਕੇ ਲੋਕੋ ਵੀਦਰ ਭਗਤ ਨੇ ਜੰਮਣਾ ਉਹ ਰਾਜੇ ਸੱਲ ਨੂੰ ਮੰਗੀ ਬੀਜੀ। ਹੁਣ ਰਾਜੇ ਬਨਾਰਸ ਨੇ ਆਪਣੀ ਦੋਵੇਂ ਲੜਕੀਆਂ ਕਾ ਭਾਈ ਕਾਜ ਰਚਦਿਆ ਜਰਾ ਜੋੜੇ ਕੀ ਬਜਾ ਕੇ ਦੱਸੀ ਇਹਨੂੰ ਮਣ ਜਾ ਪੁੱਤ ਉੱਪਰ ਨੂੰ ਰੱਖ ਸੁੰਬਰ ਰਚ ਦਿਆ। ਹਾਂਜੀ ਉਸਤਾਦ ਜੀ ਸਾਹਿਬ ਕਬਰ ਰੌਣ ਲੱਗ ਪਏ।
ਕੇ ਬਿਆਨ ਸਮਝਾਏ ਉਹ ਕੌਮ ਪੂਰਾ ਜਿੰਦਗੀ ਸੌਦ ਸੁਣ ਕੇ ਸਵੇ ਖਬਰਾ ਨਾਗਪੁਰੀ ਕਾ ਰਾਜਾ ਵੀਰ ਸੈਨ ਇੱਕ ਮਦਾਨ ਮਾਉਂਦਾ ਹੈ ਭਾਈ ਮੈਂ ਦੱਸਿਆ ਨਾਗਪੁਰੀ ਵੀਰ ਸੈਨ ਰਾਜਾ ਫੜ ਗਿਆ ਤਾਂ ਬਣਟ ਕੋਰ ਕੇ
ਖੜ ਗਏ ਮੁਖੜੇ ਪਾ ਕੇ।
ਕਥਾ ਤਾਂ ਕਰਦੀ ਆ ਹਮੇਸ਼ਾ ਉਹੀ ਇੱਕ ਏ ਪਰ ਕਿਉਂ ਮਾਰਾ ਬਾਈ ਆਇਆ ਵਾ ਡੱਡੂ ਮਾਜਰੇ ਤੇ ਉਹ ਕਹੇ ਵੀ ਜਦ ਸੁਅੰਬਰ ਹੋਇਆ ਚਾਰ ਦੇਵਤੇ ਠਗੇ ਤੇ ਰਾਜੇ ਨਲ ਨੂੰ ਵੀ ਉਹ ਇਹ ਥੋੜਾ ਜਾ ਕੇ ਕੋਈ ਜ਼ਿਆਦਾ ਨਹੀਂ ਹੈ ਚਾਰ ਦੇਵਤੇ ਵਰਨ ਦੇਵਤਾ ਜਮ ਦੇਵਤਾ ਇੰਦਰ ਦੇਵਤਾ ਆਗਨ ਦੇਵਤਾ ਇਹ ਚਾਰੇ ਦੇਵਤਿਆਂ ਨੇ ਰਾਜਾ ਨਲ ਘੇਰ ਲਿਆ ਕਹੇ ਦਮਯੰਤੀ ਨੂੰ ਜਾ ਕੇ ਮਹਾਰਾ ਦੁਆਦਾ ਦੇ ਦੇ ਕਹੇ ਦੇ ਦਿਆਂ ਵੀ ਦੇਵਤੇ ਵਰਨੇ ਵਾਸਤੇ ਆਏ ਵੀ ਹੈ ਲੋਕੋ ਜਦ ਨਲ ਗਿਆ ਮੰਦਰ ਕੇ ਵਿੱਚ ਦਮਯੰਤੀ ਨੂੰ ਦੇਖ ਕੇ ਚਾਓ ਚੜ ਗਿਆ ਨਲ ਨੂੰ ਆਹਾ ਹਾ ਹਾ ਇਹ ਤਾਂ ਉਹੀ ਹੈ ਜਿਹੜੀ ਹੰਸ ਨੇ ਫੋਟੋ ਦਿਖਾਈ ਤੀ ਉੱਥੇ ਕੋਈ ਸੁਰਮਾ ਸਰਮਾ ਨਹੀਂ ਗ੍ਰੰਥ ਮਾਂ ਲਿਖਿਆ ਵਾ ਵੀ ਸੁਰਮਾ ਪਾ ਕੇ ਗਿਆ ਨਲ ਨਾ ਬਿਲਕੁਲ ਨਹੀਂ ਨਲ ਕੀ ਕਮਾਈ ਹੈ ਇੰਨੀ ਤੀ ਇੱਕ ਵਾਰੀ ਐ ਚੁਟਕੀ ਵੱਜੇ ਤੇ ਰਾਜੇ ਨਲ ਘਰ ਰਾਤ ਹੈ ਜਿਹੜਾ ਚਾਰ ਯੋਜਨ ਚਲੇ ਜਾਂਦਾ ਇੱਕ ਯੋਜਨ ਕੇ ਵਿੱਚ ਚਾਰ ਕੋ ਬਾਟ ਹੈ ਇੱਕ ਵਾਰੀ ਚੁਟਕੀ ਮਾਰਦੀ ਤਾਂ ਚਾਰ ਕੋ ਰਾਤ ਚਲੇ ਜਾਂਦਾ ਰਾਜੇ ਨਲ ਵਰਗਾ ਸਾਰਥੀ ਨਹੀਂ ਕੋਈ ਹੋਇਆ ਤਾਂ ਦੇਵਤਿਆਂ ਨੂੰ ਦੱਸਿਆ ਕਹੇ ਵੀ ਉਹ ਤਾਂ ਨਲ ਨੂੰ ਵਰਨਾ ਚਾਹਾ ਚਾਰੇ ਦੇਵਤਿਆਂ ਨੇ ਜਾ ਕੇ ਜੰਗਲ ਮਾਂ ਬੂਟੀਆਂ ਪੱਟ ਲੀਆਂ ਜੋਗ ਮਾਇਆ ਕੀ ਗੱਲ ਉਹ ਬੂਟੀਆਂ ਗੱਲ ਨਹਾ ਕੇ ਜੋਗ ਮਾਇਆ ਕੀ ਗੱਲ ਆਪਣੇ ਚਾਰਾਂ ਲਈ ਨਲ ਕੇ ਰੂਪ ਕਰ ਲਏ ਪੰਜ ਨਲ ਹੋ ਗਏ ਹੁਣ ਦਮਯੰਤੀ ਚੁਬਾਰੇ ਪਰ ਖੜੀ ਏ ਕਹੇ ਕਹੇ ਸੱਚ ਕੇ ਬਿਆਨ ਸਮਝਾਵਾਂ ਇੱਥੇ ਨੀ ਅੰਤ ਰਿਹਾ ਨਲਾਂ ਕਾ ਓਏ ਹਾਰ ਕਿਹੜੇ ਪੜੂਏ ਕੇ ਪਾਵਾਂ ਤਾਂ ਫਿਰ ਆਪਣੀ ਬਾਂਦੀ ਨੂੰ ਪੁੱਛਦੀ ਏ ਕੇਸਨੀ ਨੂੰ ਕਹੇ ਭੈਣ ਨਲ ਕਾ ਕੋਈ ਪਤਾ ਨੀ ਕਿਹੜੇ ਕੇ ਪਾਵਾਂ ਹਾਰ ਕਹੇ ਸਾਰੇ ਪਾਲੀਆਂ ਪਿਛਾਕਾ ਲੋਕੋ ਵੇ ਸਾਮੀ
ਪਾਲੀਆਂ ਪਛਾਕਾਂ ਰੇ ਸਵੀ ਹੱਥਾਂ ਲੈ ਲਿਆ ਫੁੱਲਾਂ ਦਾ ਹਾਰ ਆਧਾ ਰਾਮ ਨਾ ਕਿਸੇ ਨੇ ਬਣ